ਮਿਲਣ ਦੀ ਖੁਸ਼ੀ ਸੀ ਜਾਂ ਵਿਛੜਨ ਦਾ ਗਮ। ਗੱਡੀ ਸਟੇਸ਼ਨ 'ਤੇ ਰੁਕੀ, ਦਿਲ ਹਿੱਲਿਆ, ਗਰਮ ਚਾਹ ਦੀਆਂ ਆਵਾਜ਼ਾਂ ਉਵੇਂ ਹੀ। ਜ਼ਿੰਦਗੀ ਅੱਧੀ ਸਦੀ ਉਲਟੇ ਪੈਰ ਚੱਲ ਪਈ। ਬਾਪੂ ਦੱਸ ਰਿਹਾ ਸੀ ਮੈਨੂੰ ਬੀਤੇ ਸਮੇਂ ਨੂੰ ਯਾਦ ਕਰਨ ਲੱਗਾ। ਲੱਖ ਅਜਨਬੀ ਹੋਣ ਲੋਕ, ਯਾਦਾਂ ਦਾ ਮਹਿਕਦਾ ਫੁੱਲ ਮਨ 'ਚ ਖਿੜਪਿਆ। ਬਾਹਰਲੇ ਦਰਵਾਜ਼ੇ 'ਤੇ ਹੀ ਅੱਥਰੂ ਆ ਗਏ। ਲੋਕਾਂ ਦਾ ਮਿਲਣਾ ਵਿਛੜਨਾ ਉਸੇ ਤਰ੍ਹਾਂ ਹੁਣ ਇੱਕ ਸੁਪਨਿਆਂ ਦਾ ਨਗਰ ਬਣ ਕੇ ਰਹਿ ਗਿਆ ਸੀ। ਅੱਖਾਂ ਜਾਗਦਿਆਂ ਸੁੱਤਿਆਂ ਆਵਾਜ਼ ਕੀਤਾ ਹਰ ਦਮ, ਹੰਝੂਆਂ ਨੂੰ ਸ਼ਬਦਾਂ ਵਾਂਗ ਸੰਭਾਲਿਆ। ਲੋਕਾਂ ਸਾਹਮਣੇ ਰੋ ਵੀ ਨਹੀਂ ਤਾਂਘਦਾ ਲੋਕੋ, ਦਿਲ ਤਾਂ ਧਾਹਾਂ ਵਾਂਗੂ ਕਰਦਾ ਸੀ। ਥਾਵਾਂ ਨੂੰ ਚੁੰਮਿਆ, ਸਲਾਮ ਕੀਤੀ, ਮਨ ਨੂੰ ਸਕੂਨ ਜਿਹਾ ਮਿਲਿਆ। ਬਰਾਂਡਿਆਂ ਦੇ ਬਨੇਰਿਆਂ 'ਤੇ ਇਸਲਾਮੀ ਆਇਤਾਂ ਲਿਖੀਆਂ ਹੋਈਆਂ ਸਨ। ਬਚਪਨ ਵਿੱਚ ਪਹੁੰਚ ਕੇ ਜਮਾਤਾਂ ਵਿੱਚ ਬੈਠਾ ਮਹਿਸੂਸ ਕਰ ਰਿਹਾ ਸੀ ਬਾਪੂ ਕਹਿੰਦਾ। ਅਜੀਬ ਜਿਹਾ ਅਹਿਸਾਸ ਮਨ ਨੂੰ ਸਕੂਨ ਦੇ ਰਿਹਾ ਸੀ। ਸਕੂਲ ਦੇ ਚੱਪੇ ਚੱਪੇ ਵਿੱਚ ਫਿਰਿਆ, ਕਮਰੇ ਵਿੱਚ ਦਾਖਲ ਹੁੰਦਿਆਂ ਹੀ ਅੱਥਰੂ ਵਹਿ ਰਹੇ ਸਨ। ਪਤਾ ਨਹੀਂ ਕਿਹੜੇ ਜਨਮ ਦੀ ਇਹ ਸਜ਼ਾ ਸੀ ਕਿ ਆਪਣੇ ਘਰ ਵਿੱਚ ਹੀ ਪਰਦੇਸੀ ਸਾਂ। ਲੋਕ ਵਾਰ ਵਾਰ ਇਹ ਕਹਿ ਰਹੇ ਸਨ ਕਿ ਤੁਸੀਂ ਘਰ ਦੇ ਮਾਲਕ ਹੋ। ਇਹ ਉਹੀ ਘਰ ਸੀ ਜਿੱਥੇ ਵੜਦਿਆਂ ਹੀ ਇੱਕ ਇੱਕ ਇੱਟ ਮੇਰੀ ਅੱਖਾਂ ਸਾਹਮਣੇ ਸੀ। ਯਾਦਾਂ ਦਾ ਹੜ ਆਇਆ, ਟੀਲੇ ਵਾਂਗ ਵਹਿੰਦਾ ਜਾ ਰਿਹਾ ਸੀ। ਮੈਂ ਮਜਬੂਰ ਬੇਬਸ ਕੁਝ ਲਮਹਿਆਂ ਤੋਂ ਬਾਅਦ ਇੱਥੋਂ ਵਾਪਸ ਚਲੇ ਜਾਣਾ ਸੀ ਅਤੇ ਮੁੜ ਇਸ ਥਾਂ 'ਤੇ ਆਉਣ ਦੀ ਘੱਟ ਹੀ ਉਮੀਦ ਸੀ। ਕੁਝ ਲਮਹਿਆਂ ਤੋਂ ਬਾਅਦ ਇੱਥੋਂ ਚਲਿਆ ਜਾਣਾ ਸੀ ਅਤੇ ਮੁੜ ਇਸ ਥਾਂ 'ਤੇ ਆਉਣ ਦੀ ਘੱਟ ਹੀ ਉਮੀਦ ਸੀ। ਉੱਥੋਂ ਨਿਕਲ ਕੇ ਮੈਂ ਕਈ ਹੋਰ ਘਰਾਂ ਵੱਲ ਗਿਆ, ਆਪਣੇ ਦੋਸਤਾਂ ਦੇ ਘਰ ਵੱਲ ਝਾਕਿਆ, ਹੰਝੂਆਂ ਨੂੰ ਗਲ ਨਾਲ ਲਾਇਆ। ਇਹ ਮਿਲਣ ਦੀ ਖੁਸ਼ੀ ਸੀ, ਖਬਰੇ ਵਿਛੜਨ ਦਾ ਗਮ। ਯਾਦਾਂ ਵਿੱਚ ਕਈ ਗੁਰਪੁਰਬ, ਵਿਸਾਖੀਆਂ, ਦੀਵਾਲੀਆਂ ਸਨ। ਪਤਾ ਨਹੀਂ ਉਸਦੀਆਂ ਕੰਧਾਂ, ਦਰਵਾਜ਼ਿਆਂ, ਖਿੜਕੀਆਂ ਨੂੰ ਹੱਥ ਲਾ ਕੇ ਮੈਂ ਕਿੰਨਾ ਸਕੂਨ ਪ੍ਰਾਪਤ ਕੀਤਾ ਸੀ। ਬਚਪਨ ਅਤੇ ਜਵਾਨੀ ਦੇ ਵਕਤਾਂ ਦੀ ਯਾਦ ਸੀ, ਸੀਨੇ ਵਿੱਚ ਉਥਲ ਪੁਥਲ ਸੀ। ਹਾਏ, ਇਹ ਕਿਹੋ ਜਿਹੀ ਮਜਬੂਰੀ ਹੈ, ਜ਼ਿੰਦਗੀ ਖਬਰੇ ਕਿਹੜਾ ਹਿਸਾਬ ਮੰਗ ਰਹੀ ਸੀ। ਹਾਏ, ਇਹ ਕਿਹੋ ਜਿਹੀ ਮਜਬੂਰੀ ਹੈ, ਜ਼ਿੰਦਗੀ ਖਬਰੇ ਕਿਹੋ ਜਿਹਾ ਹਿਸਾਬ ਮੰਗ ਰਹੀ ਸੀ। ਖਬਰੇ ਕਿਹੋ ਜਿਹਾ ਹਿਸਾਬ ਮੰਗ ਰਹੀ ਸੀ।